ਟੂਰ ਦੀ ਮੈਰਿਜ ਦੀ ਜਿਹੜੀ ਬਰਾਤ ਲੈ ਕੇ ਚੱਲੀ ਸੀ ਉਹ ਚੱਲੀ ਸੀ ਬੱਸ, ਬੱਸ ਦੇ ਵਿੱਚ ਸੁਰਮੇ ਵਾਲਾ ਭਾਈ ਚੜ ਗਿਆ ਤੇ ਸੁਰਮੇ ਵਾਲਾ ਭਾਈ ਤੁਹਾਨੂੰ ਕੀ ਵੇਚੂਗਾ ਜਾਂ ਕੀ ਕਰੂਗਾ ਉਹ ਤੁਹਾਨੂੰ ਬੱਸ 'ਚ ਕਰਨਾ ਪਏਗਾ। ਆਹ ਬੱਸ ਹੀ ਆ ਨਾ ਇਹ ਰਮਾਨੀਆ ਦੇ ਵਿੱਚੋਂ ਬੱਸ ਚੱਲੀ ਆ ਅਵਤਾਰ ਟੂਰ ਦੇ ਭਰਾ ਦੇ ਵਿਆਹ 'ਚ ਹਨਾ ਬਰਾਤ ਲੈ ਕੇ ਸੁਰਮੇ ਵਾਲਾ ਚੜ ਗਿਆ। ਹਾਂਜੀ ਕਹਿੰਦਾ ਬਾਤ ਤਾਂ ਸੁਣਾਵਾਂ ਤੁਹਾਨੂੰ ਬੱਸ ਦੀ, ਮੈਂ ਬੱਸ ਵਿੱਚ ਗੁਜਰੇ ਤੇ ਹੋ ਗਏ, ਬੱਸ ਦੀ ਜਿਹੜੀ ਮੇਰੇ ਨਾਲ ਹੋਈ ਬਠਿੰਡਿਓ ਪਟਿਆਲੇ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰਿਹਾ ਦੱਸਦੀ, ਬਠਿੰਡਿਓ ਚਲੀ ਰਾਮਪੁਰੇ, ਰਾਮਪੁਰ ਤੋਂ ਪਟਿਆਲੇ ਹਾਕਰ ਵੱਜ ਮਾਰੇ, ਸੁਰਮੇ ਵਾਲਾ ਆ ਕੇ ਇੱਕ ਬੱਸ ਵਿੱਚ ਚੜ ਗਿਆ, ਮੂਲੀਆਂ ਛੱਡ ਕੇ ਫਰੰਟ ਸੀਟਾਂ ਤੀਜੀ ਸੀਟ ਨਾਲ ਲੱਗ ਖੜ ਗਿਆ, ਕਹਿੰਦਾ ਆਲੋ ਆਲੋ ਦਾਸ ਨੂੰ ਜੋ ਵੀ ਸੱਪਾਂ ਦਾ ਬਾਦਸ਼ਾਹ, ਕਹਿੰਦੇ ਨੇ ਦਾਸ ਦੇ ਦਾਦੇ ਪੜਦਾਦੇ ਸੱਪਾਂ ਦਾ ਕੰਮ ਕਰਿਆ ਕਰਦੇ, ਸੱਪ ਨੂੰ ਰੱਖਦੇ ਸੱਪ ਦੀ ਸਿਰੀ ਤੋਂ ਸੁਰਮਾ ਤਿਆਰ ਕਰਿਆ ਕਰਦੇ। ਬੱਸ ਚੱਲਣ ਵਿੱਚ ਅਜੇ ਅੱਧਾ ਪੌਣਾ ਘੰਟਾ ਬਾਕੀ ਹੈ, ਦਾਸ ਨੂੰ ਇਸ ਟਾਈਮ 'ਚੋਂ ਟਾਈਮ ਬਖਸ਼ਣਾ ਸਿਰਫ 50 ਮਿੰਟ ਦਾ। ਕਈਆਂ ਮੇਰੇ ਵੀਰਾਂ ਸ਼ਿਕਾਇਤ ਹੁੰਦੀ ਆ 20-25 ਕਦਮਾਂ 'ਤੇ ਬੰਦਾ ਤੁਰਿਆ ਆਉਂਦਾ, ਬੰਦੇ ਨੂੰ ਚੰਗੀ ਤਰ੍ਹਾਂ ਪਛਾਣ ਲੈਂਦਾ ਉਜਾਗਰ ਸਿੰਘ ਤੁਰਿਆ ਆ ਰਿਹਾ, ਅਖਬਾਰ ਦੇ ਛੋਟੇ ਤੋਂ ਛੋਟੇ ਅੱਖਰ ਚੰਗੀ ਤਰ੍ਹਾਂ ਦੇਖ ਕੇ ਪੜ੍ਹ ਸਕਦਾ ਹੈ, ਟੈਸਟ ਕਰੋ ਜਮਾ ਕੇ ਦੇਖੋ, ਸਾਡੇ ਸੁਰਮੇ ਨਹੀਂ ਪਾਓ ਇੱਕ ਸਲਾਈ, 15-20 ਮਿੰਟਾਂ ਬਾਅਦ ਭਾਈ ਨਾ ਦੇ ਤੁਹਾਨੂੰ ਉਜਾਗਰ ਸਿੰਘ ਦੇਖੇਗਾ ਤੇ ਨਾ ਹੀ ਅਖਬਾਰ, ਟੈਸਟ ਕਰੋ ਜਮਾ ਕੇ ਦੇਖੋ, ਸਾਡੇ ਸੁਰਮੇ ਨਹੀਂ ਪਾਓ ਦੂਜੀ ਸਲਾਈ, 15-20 ਮਿੰਟਾਂ ਬਾਅਦ ਭਾਈ ਸਾਡਾ ਸੁਰਮਾ ਤੁਹਾਡੇ ਦੋਵਾਂ ਦੇ ਦੇਣ ਪਕੜ ਕੇ ਇੱਦਾਂ ਬਾਹਰ ਕੱਢਦੇ ਜਿਵੇਂ ਪੁੰਨਿਆਂ ਦਾ ਚੰਨ ਬੱਦਲਾਂ 'ਚ ਪਾ ਕੇ। ਵੈਰੀ ਗੁੱਡ, ਫੋਰ ਤੇ ਵੀ ਨੇ, ਫੋਰ ਤੇ ਵੀ ਲਾ ਦੇ ਆ ਗਣਾ ਲਾ ਦੇ ਕਾਦੀਆਂ ਦੇ ਬਿੱਲੋ ਕਲਾਕਾਰੀਆਂ, ਇਹ ਤਾਂ ਡੰਡਰਾਂ ਨੇ ਚੱਕੀਆਂ ਇਹਦੇ ਹੱਥ ਨਹੀਂ, ਕੋਈ ਨਕਲੀ ਦਲੇਰ ਮਹਿੰਦੀ ਫਿਰਦਾ ਹੈ, ਕਲਾਕਾਰ ਤਾਂ ਨੇ ਸਾਰੇ 5-7 ਨਹੀਂ, 5-7 ਕਹਿ ਕੇ ਨਾ ਤੂੰ ਗੱਪ ਮਾਰਵੇ, 70-80 ਗਣੇ ਟੀਵੀ ਉੱਤੇ ਲੜੀ ਮਾਰ ਵੇ, ਮੈਂ ਤਾਂ ਕੰਮ ਕਾਰ ਵਿੱਚ ਭੁੱਲ ਗਈ, ਦੱਸ ਭਲਾ ਤੂੰ ਹੀ ਚੰਨ ਮੱਖਣਾ, ਦੱਸ ਭਲਾ ਪੰਜਾਬੀ ਕਲਾਕਾਰ ਕਾਦੀਆਂ ਨੇ ਬਿਲੋ ਕਲਾਕਾਰੀਆਂ ਯਾਤਰੀ ਸੋਨੇ ਹੱਥ ਬੋਲਣ ਕੇਰਾ ਹੋ ਜੇ ਦੂਰ ਬਿਮਾਰੀ, ਹੋ ਜੇ ਆਪਣੀ ਤੂੰ ਸਮਝੇ ਮੈਨੂੰ ਚਾਹੇ ਜਾਨ ਤੇ ਪਿਆਰੇ, ਦੁਨੀਆਂ ਵਿੱਚ ਹੱਥ ਬੋਲੀ ਦੇ ਕੋ ਹੱਟੀ ਮੰਗ ਲਾਵੇ, ਹੱਟੀ ਬੋਲੇ ਤਾਂ ਮਹਿੰਗੀ ਨਾ ਮਹਿੰਗੀ ਨਾ ਤੂੰ ਅੱਗ ਲਾਵੇ। ਪਤਾ ਨੀ ਅੱਗੇ ਭੁੱਲ ਗਿਆ ਇਹਨੂੰ, ਤੋੜਨ ਤੋਂ ਬਾਅਦ ਸਹਿਬਾ ਜੱਟੀ ਦੇ ਮਨ ਵਿੱਚ ਇੱਕ ਖਿਆਲ ਆਇਆ। ਅੱਛਾ ਜੀ ਕੀ ਆਇਆ? ਉਹ ਕੀ ਆਇਆ? ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ। ਅੱਛਾ ਜੀ ਉਹ ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ, ਸਹਿਬਾ ਉੱਚੀ ਉੱਚੀ ਮਾਰਦੀ ਏ ਤਾਹਾਂ, ਹਉ ਕਿਸੇ ਚੰਦਰੇ ਵੇੜੇ ਦੀਆਂ ਲੱਗੀਆਂ, ਗਈਆਂ ਪੇਸ਼ ਨੇ ਜੱਟੀ ਦੇ ਅੱਜ ਆ ਅੱਜ 100-100 ਸੀ ਮੈਂ ਕਰਨੇ ਨਖਰੇ। ਅੱਛਾ ਜੀ ਹੋ ਅੱਜ 100-100 ਸੀ ਮੈਂ ਕਰਨੇ ਨਖਰੇ, ਹੱਥੀ ਰੰਗ ਲਾਵੇ ਜੂੜਾ ਪਾ, ਉਹ ਕੁੰਡ ਚੱਕਦਾ ਜਾਮ ਕਿੜੇ ਤੋਂ ਲਾੜਾਵੇ, ਲੈਂਦਾ ਚੰਨ ਵੀ ਨੀਵੀਆਂ ਪਾ, ਉਹ ਅੱਜ ਬੈਠੀ ਆ ਕੋਲ ਤੇਰੇ ਵਾਂਗ ਚੋਰਾਂ ਵੇ, ਮੇਰਾ ਤੱਕ ਤੱਕ ਕਰਦਾ ਐਸਾ, ਉਹ ਅੱਜ ਦਿਨ ਹੈ ਮੇਰੇ ਪਿਆਰ ਦਾ, ਮੈਂ ਕਿਤੇ ਚੱਲ ਕੇ ਤੇ ਤੇਰ ਜਵਾ। ਆਹ
पिंकले फोरते भी ने टू मच गुड ब्रदर डोरे ते आऊं गया पट दा सिराणा लागे हरी कट के सिया ला तो केरिया मिर्चा पल विच आके अन्नी कानिया सैबा ने चढ़ गया दशरथ दे लोको सरवण भगत बेचारा अपने भगवंत मान जी का गाना है बड़ा बड़ा तां लाला जी की कहते ने व्याउना छोटा मुंडा शोकी कोई फल नहीं मारते तुकी दस भी लख नाल कोई फर्क नहीं पैणा लाला जी मान तान जिया का जो कुछ नहीं लैणा लाला जी मान तान जिया कर दो कुछ नहीं लैणा लाला जी कर कर गल्ला देखो मुंडिया
ਕਾਰ ਦੀਆਂ ਕੁੰਜੀਆਂ ਉਹਦੇ ਵਿੱਚ ਥੋੜੀ ਹੀ ਧੀ ਨੇ ਪੈਣਾ ਲਾਲਾ ਜੀ ਤਾਣ ਤਾਣ ਜਿਹਾ ਕਰ ਦੋ ਚਰੀ ਲੈਣਾ ਲਾਲਾ ਜੀ ਪਾਣ ਲਓ ਜੀ ਆਪਣੇ ਬ੍ਰਦਰ ਦੀ ਮੈਰਿਜ ਪਾਰਟੀ ਆ ਜਿਹੜੀ ਆਪਾਂ ਇੱਥੇ ਕੀਤੀ ਸੀ ਅਤੇ ਇਸ ਤੋਂ ਬਾਅਦ ਅਗਲੇ ਜਿਹੜੇ ਆਪਾਂ ਐਪੀਸੋਡ ਬਣਾਇਆ ਉਹ ਪਾਰਟ ਟੂ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ਾਮਿਲ ਕਰਾਂਗੇ। ਇਹ ਇੱਕ ਸਿਰਫ ਓਨਲੀ ਇੰਜੋਏ ਲਈ ਆ, ਨਾ ਕੋਈ ਇਨਫੋਰਮੇਸ਼ਨ ਲਈ ਆ, ਠੀਕ ਆ। ਜਿਨ੍ਹਾਂ ਨੇ ਇਹ ਵਾਚ ਕੀਤੀ ਆ ਵੀਡੀਓ, ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ ਸਾਡੇ ਕਲਾਕਾਰ ਸੀਗੇ ਨਵਦੀਪ ਸਿੰਘ ਰਾਣਾ, ਬਹੁਤ ਵਧੀਆ ਵਿਚਾਰੇ ਕੋਲ ਹੁਨਰ ਆ, ਪਰ ਆਪਣੇ ਘਰ ਦੀ ਵਜ੍ਹਾ ਦੇ ਕਾਰਨ ਜੋ ਵੀ ਕਰਕੇ ਲਾ ਲਓ ਹੁਣ ਤੱਕ ਇੱਥੇ ਆ, ਠੀਕ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਰਲ ਕੇ ਇਹ ਵੀਰ ਲਈ ਕੁਛ ਨਾ ਕੁਛ ਜ਼ਰੂਰ ਕਰਾਂਗੇ, ਤਾਂ ਜੋ ਇਹ ਆਪਣੇ ਜੋ ਦਿਲ ਦੇ ਵਿੱਚ ਭਾਵਨਾਵਾਂ ਜਾਂ ਦਿਲ ਦੇ ਵਿੱਚ ਇਹਦੀ ਆਵਾਜ਼ ਆ ਜੋ ਵਾਹਿਗੁਰੂ ਨੇ ਬਖਸ਼ੀ ਆ ਇਹਨੂੰ, ਹੈ ਨਾ, ਬਹੁਤ ਵਧੀਆ ਆਵਾਜ਼ ਆ, ਆਪਾਂ ਇਹਦੀ ਆਵਾਜ਼ ਨੂੰ ਬੁਲੰਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਵਧੀਆ ਵੀਰ, ਬਹੁਤ ਵਧੀਆ ਵੀਰ ਨੇ ਕਲਾਕਾਰੀ, ਆਪਣਾ ਆਨੰਦ ਮੰਨਿਆ ਆਪਣੇ, ਆਪਾਂ ਐਪਰੀਸ਼ੀਏਟ ਕਰਦੇ ਹਾਂ ਵੀਰ ਦੇ ਨਾਲ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੇਰੇ ਬ੍ਰਦਰ ਦੀ ਮੈਰਿਜ ਦੇ ਨਾਲ ਇਹ ਜਿਹੜਾ ਇੱਕ ਦਿਨ ਜੁੜਿਆ ਸੀਗਾ ਰਮਾਨੀਆਂ ਦੇ ਵਿੱਚ, ਅਸੀਂ ਇੰਜੋਏ ਕੀਤਾ, ਹੈ ਨਾ, ਅਤੇ ਨਵਦੀਪ ਭਾਅ ਜੀ ਕਰਕੇ ਬਹੁਤ ਵਧੀਆ ਇਹ ਦੇਣ, ਬਹੁਤ ਵਧੀਆ ਇੰਜੋਏਮੈਂਟ ਕੀਤਾ ਭਰਾਵਾ, ਜੋ ਕੁਛ ਮਰਜ਼ੀ ਹੈ ਨਾ। ਅਤੇ ਆਪਾਂ ਵੀਰ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਚਰਚਾ ਦੇ ਵਿੱਚ ਲਿਆਵਾਂਗੇ, ਜਿੰਨੀ ਵੀ ਕੋਸ਼ਿਸ਼ ਆਪਾਂ ਕਰ ਸਕਦੇ ਹਾਂ ਸਾਰੇ ਜਣੇ ਮਿਲ ਕੇ। ਵੀਰ ਦੀ ਆਵਾਜ਼ ਦੇ ਵਿੱਚ ਬਹੁਤ ਵਧੀਆ ਐਵੇਂ ਕਹਿ ਦਈਏ ਹੁਨਰ ਹੈ, ਇੱਕ ਦਰਦਾ, ਬਹੁਤ ਵਧੀਆ ਕਲੀਆਂ ਦੇ ਬਾਦਸ਼ਾਹ ਹੈ, ਇੱਕ ਮਾਣਕ ਦੀ ਕਾਪੀ ਆ ਵੀਰ ਇਹ, ਹੈ ਨਾ। ਧੰਨਵਾਦ, ਬਹੁਤ ਵਧੀਆ ਵੀਰੋ। ਆਪਾਂ ਅਗਲਾ ਤੁਹਾਨੂੰ ਅਗਲੇ ਵੀਡੀਓ ਲੰਮੀ ਹੋ ਜਾਣੀ ਆ, ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਗਲਾ ਜੋ ਵੀ ਹੋਵਾਂਗੇ ਉਹ ਆਪਾਂ ਦੱਸੀ ਜਾਵਾਂਗੇ। ਤਦ ਤੱਕ ਦੇ ਲਈ ਰੱਬ ਰਾਖਾ।